ਭਾਰਤੀ ਕ੍ਰਿਕਟਰ ਸ਼ਿਖਰਤਵਰ ਨੇ ਕੋ ਮੰਤਰੀ ਅਤੇ ਕ੍ਰੇਲੂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਇਸ ਸਬੰਧੀ ਵੀਡੀਓ ਵੀ ਜਾਰੀ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼ਿਖਰਤਵਰ ਨੇ ਕਿਹਾ ਹੈ ਕਿ ਉਹ ਆਪਣੇ ਕ੍ਰਿਕਟ ਯਾਤਰਾ ਦਾ ਇਹ ਸਫ਼ਰ ਹੁਣ ਖਤਮ ਕਰ ਰਹੇ ਨੇ। ਉਹਨਾਂ ਲਿਖਿਆ ਕਿ ਕ੍ਰਿਕਟ ਦੇ ਇਸ ਦੌਰ ਦੌਰਾਨ ਖੇਡ ਪ੍ਰੇਮੀਆਂ ਦੀਆਂ ਅੰਗਿਣਤ ਯਾਦਾਂ ਅਤੇ ਪਿਆਰ ਲੈ ਕੇ ਜਾ ਰਹਾਂ। ਉਹਨਾਂ ਨੇ ਆਪਣੇ ਕੈਰੀਅਰ ਦੌਰਾਨ ਸਾਥ ਦੇਣ ਵਾਲਿਆਂ ਦਾ ਵੀ ਧੰਨਵਾਦ ਕੀਤਾ।